press the bell icon and never miss a video from newsnumber.com. ਪਿੰਡ ਦੁਆਬਾ ਭੈਣੀ ਨੇੜੇ ਕੂਮਕਲਾਂ ਜ਼ਿਲ੍ਹਾ ਲੁਧਿਆਣਾ ਦਾ ਜੰਪਲ ਸੀ ਸੰਤੋਖ ਸਿੰਘ ਰਾਠੌੜ, ਜਿਸ ਨੂੰ ਸਾਰੀ ਦੁਨੀਆ ਕਾਕਾ ਭੈਣੀਆਂ ਵਾਲਾ ਦੇ ਨਾਮ ਨਾਲ ਜਾਣਦੀ ਹੈ। ਕਾਕਾ ਭੈਣੀਆਂ ਵਾਲੇ ਦੀ ਬੁਲੰਦ ਆਵਾਜ਼ ਨੇ ਪੂਰੀ ਦੁਨੀਆ ਵਿੱਚ ਉਸਦਾ ਅਤੇ ਉਸਦੇ ਪਿੰਡ ਦਾ ਨਾਮ ਚਮਕਾਇਆ। ਉਸਦੇ ਗਾਏ ਗਾਣੇ ਸਾਹਨੇਵਾਲ ਚੌਂਕ 'ਚ ਭੁਲੇਖਾ ਪੈ ਗਿਆ, ਬਾਂਹ ਫੜ ਕੇ ਨੱਚਣ ਨੂੰ ਜੀ ਕਰਦਾ, ਦਾਰੂ ਪੀ ਕੇ ਜੱਟ ਬੁੱਕਦੇ ਛੱਡਦੀ ਆਸ਼ਕੀ ਮੁੰਡਿਆਂ ਨੇ ਅੱਜ ਵੀ ਉਸੇ ਤਰ੍ਹਾਂ ਮਕਬੂਲ ਹਨ ਜਿਸ ਤਰ੍ਹਾਂ ਉਸਦੇ ਜਿਉਂਦੇ ਜੀ ਸਨ। ਕਾਕਾ ਭੈਣੀਆਂ ਵਾਲੇ ਦਾ ਜਨਮ 5 ਅਪ੍ਰੈਲ 1971 ਨੂੰ ਹੋਇਆ ਅਤੇ 12 ਅਪ੍ਰੈਲ 2009 ਨੂੰ ਕਾਲੇ ਪੀਲੀਏ ਦੀ ਬਿਮਾਰੀ ਨਾਲ ਉਸਦੀ ਮੌਤ ਹੋ ਗਈ। ਉਦੋਂ ਇਹ ਗੱਲ ਜਦੋਂ 3 'ਚ ਪੜ੍ਹਦਾ ਸੀ ਅਤੇ ਇਹ ਨਾਨਕ ਸਰ ਚਲਾ ਗਿਆ, ਕਹਿੰਦਾ ਮੈਂ ਉੱਥੇ ਰਹਿਣਾ। ਸੰਤਾਂ ਕੋਲ ਜਾਂਦਾ ਸੀ, ਉੱਥੇ ਹੀ ਪੜ੍ਹਦਾ ਸੀ, ਉੱਥੇ ਹੀ ਰਹਿੰਦਾ ਸੀ। ਤੰਗੀ ਗਰੀਬੀ ਬਹੁਤ ਸੀ ਉਸ ਵੇਲੇ ਸਾਡੇ 'ਤੇ। ਫਿਰ 5 ਪੜ੍ਹ ਕੇ ਅਤੇ ਇਹ ਲੱਗ ਗਿਆ ਗੱਡੀ 'ਤੇ, ਫਿਰ ਪਾਠ ਕੀਤੇ ਨੇ, ਪਾਠਾਂ 'ਤੇ ਵੀ ਲੱਗ ਗਿਆ, ਖੰਡ ਪਾਠ 'ਤੇ ਖੰਡ ਪਾਠੀ ਵੀ ਬਣ ਗਿਆ। ਫਿਰ ਸਮੇਂ ਕਰ ਲਓ ਬਈ ਇਹ ਗਾਇਕ ਹੀ 'ਚ ਵੜ ਗਿਆ, ਗਾਣ ਸਿੱਖਣ ਲੱਗ ਗਿਆ। ਬਸ ਇਸੇ ਤਰ੍ਹਾਂ ਕਰਦਿਆਂ ਮਾਲਕ ਨੇ ਉਹਦੀ ਬਾਂਹ ਫੜ ਲਈ, ਜਿਹੜਾ ਉਹਦਾ ਸ਼ੌਂਕ ਸੀ ਉਹ ਪੂਰਾ ਕੀਤਾ। ਪਿਓ ਨੇ ਵੀ ਆਪ ਵੀ ਕਹਿਣਾ ਜਿਵੇਂ ਤੇਰੀ ਮਰਜ਼ੀ ਬੇਟੇ ਉਵੇਂ ਹੀ ਕਰ, ਜੇ ਮੈਂ ਅਠਾਰਨਾ ਬੜੇ ਪਿਆਰ ਨਾਲ, ਬੇਟੇ ਉੱਠ ਦੁਕਾਨ ਜਾਣਾ ਨਹੀਂ ਸ਼ਹਿਰ, ਮੰਮਾ ਉੱਠਣਾ, ਪੁੱਤਰ ਉੱਠ, ਕਵੇਲਾ ਹੁੰਦਾ ਨਾਲ ਹੈ, ਉੱਠਣਾ ਨਹਾਉਣਾ, ਕੱਪੜੇ ਬਦਲਣੇ। ਮੈਂ ਕਹਿਣਾ ਮੈਂ ਰੋਟੀ ਲਾਹੁੰਦੀ, ਤੂੰ ਕੱਪੜੇ ਬਦਲ ਲੈ। ਕੱਪੜੇ ਪ੍ਰੈੱਸ ਕਰਕੇ ਰਾਤ ਨੂੰ ਮੈਂ ਧੋ ਕੇ ਜਿਹੜੇ ਵੇਲੇ ਮਰਜ਼ੀ ਆਵੇ ਮੈਂ ਹੀਟਰ ਰੱਖ ਕੇ ਆਇਆ ਸੁਕਾਉਣੇ, ਕੱਪੜੇ ਸੁਕਾ ਕੇ ਸਵੇਰੇ ਪ੍ਰਾਹੁਣਾ ਇੱਥੇ ਹੀ ਸਾਡਾ ਜਵਾਈ, ਉਹਨੂੰ ਕਹਿਣਾ ਬੇਟੇ ਪ੍ਰੈੱਸ ਕਰਦੇ ਨੇ ਜਾਣਾ। ਉਹਨੇ ਪ੍ਰੈੱਸ ਕਰਕੇ ਉਹਦੀਆਂ ਕਿਤਾਬਾਂ ਆਰਸ਼ਾ ਜੋ ਕੁਛ ਉਹਦਾ ਹੀ ਗਾਉਣ ਵਾਲਾ ਸੀ ਉਹਦੇ ਬੈਗ ਵਿੱਚ ਪਾ ਦੇਣਾ, ਪਾ ਕੇ ਫਿਰ ਉਹਦੇ ਨਾਲ ਆਪ ਵੀ ਜਾਣਾ, ਇਹ ਇਕੱਲਾ ਜੋ ਆ ਕੇ ਜਾਏਗਾ। ਫਿਰ ਵੇਖ ਲਓ ਉਹਨੇ ਬਾਹਰ ਜਾਣਾ ਸੀ, ਕਹਿਣੇ 'ਚ ਇੰਨਾ ਸੀ ਮੇਰੇ 'ਚ, ਮੈਨੂੰ ਕਹਿੰਦਾ ਮੰਮੀ ਕਹਿੰਦੇ ਨੇ ਵੀ ਕੇਸ ਮਨਾਉਣੇ ਨੇ। ਮੈਂ ਕਿਹਾ ਪੁੱਤਰ ਕੇਸ ਨਹੀਂ ਅਸੀਂ ਮਨਾਉਣੇ, ਤੂੰ ਬੇਸ਼ੱਕ ਜਾ ਨਾ, ਮੈਂ ਕੇਸਾਂ ਨੂੰ ਕੈਂਚੀ ਨਹੀਂ ਲੱਗਣ ਦੇਣੀ। ਜਾ ਕੇ ਕਹਿੰਦਾ ਵੀ ਮੇਰੀ ਮਾਤਾ ਐਕਣ ਕਹਿੰਦੀ, ਕਹਿੰਦਾ ਚੱਲ ਐਕਣ, ਕਹਿੰਦਾ ਵੀ ਮੇਰੇ ਕੇਸਾਂ ਨੂੰ ਕੈਂਚੀ ਨਹੀਂ ਲੱਗਣ ਦਿੰਦੀ, ਕਹਿੰਦਾ ਐਕਣ ਹੀ ਚੱਲ, ਉੱਕਣ ਹੀ ਲੈ ਗਏ। ਬਿਮਾਰ 'ਚ ਬਸ ਬਾਹਰੋਂ ਬਿਮਾਰ ਆਇਆ, ਬਾਹਰੋਂ ਹੀ ਬਸ ਪੀੜੀਆ ਹੋਇਆ, ਬਾਹਰੋਂ ਹੀ ਬਿਮਾਰ ਆਇਆ। ਪਰ ਅਸੀਂ ਸਹੀ ਕੋ ਨਹੀਂ ਸੀ ਕੀਤਾ, ਬਣਦਾ 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 ਬਸ ਯਕਦਮ ਹੀ ਡਿੱਗ ਪਿਆ। ਪੈਸਾ ਇੰਨਾ ਲਾਇਆ ਉਹ ਵੀ ਹੁਣ ਦੁਖਦਾ, ਲਾ ਕੇ ਵੀ ਮਾਲਕ ਨੇ ਸਾਡੀ ਚੋਲੀ ਨਹੀਂ ਭਰੀ, ਘਰੋਂ ਵੀ
ਇੱਡੀ ਜਵਾਨ ਨੂੰ ਹੈ ਜਿਹੜੀ ਵੇਖਣੇ ਤੱਕ ਲੱਗ ਜਾ। ਹੋਰ ਜੀ ਜਦੋਂ ਗਿਆ ਉਹ ਇੱਥੋਂ ਬਾਹਰ, ਅਤੇ ਬਾਹਰਲਿਆਂ ਨੂੰ ਕਿਤੇ ਕਿਸੇ ਨੇ ਦੱਸਿਆ ਵੀ ਕਾਕਾ ਭੈਣੀਆਂ ਵਾਲਾ ਗਾਉਂਦਾ, ਉਹਦਾ ਗੀਤ ਸੀ ਸਾਹਨੇਵਾਲ ਚੌਂਕ 'ਚ, ਸੁਣਿਆ ਉਹਨਾਂ ਨੇ। ਉਹ ਫਿਰ ਇੱਥੇ ਆਏ ਕੁਆੜੇ, ਕੁਆੜਿਓਂ ਕਿਸੇ ਨੂੰ ਪੁੱਛਿਆ, ਉੱਥੇ ਬੈਠੇ ਸੀ ਆ ਜਿਹੜੇ ਜ਼ਮੀਨਾਂ ਜ਼ਮੀਨਾਂ ਵੇਚਦੇ, ਉਹਨਾਂ ਨੂੰ ਪੁੱਛਿਆ, ਉਹਨਾਂ ਕਿਹਾ ਉਹ ਬੱਚਾ ਸਾਡਾ ਜੀ। ਉਹਨਾਂ ਨੇ ਫੋਨ ਕੀਤਾ, ਬੱਚਾ ਸੱਦ ਲਿਆ, ਸੱਦਿਆ, ਚਲੋ ਉੱਥੇ ਨੇ ਦੁੱਧ ਹੋਟਲ 'ਚ ਜਾ ਕੇ ਪਿਆਇਆ, ਫਿਰ ਉਹਨਾਂ ਨੂੰ ਘਰ ਲਿਆਂਦਾ। ਹਾਂਜੀ, ਅਤੇ ਫਿਰ ਉਹਨਾਂ ਦੇ ਨਾਲ ਉਹਨੇ ਕੈਸਟਾਂ ਕੀਤੀਆਂ, ਕੈਸਟਾਂ ਵਾਸਤੇ ਹੀ ਆਇਆ ਸੀ, ਫਿਰ ਕੈਸਟਾਂ ਉਹਨਾਂ ਨਾਲ ਕੀਤੀਆਂ, ਉਹ ਹੀ ਫਿਰ ਬਾਹਰ ਲੈ ਕੇ ਗਏ। ਕਾਕਾ ਭੈਣੀਆਂ ਵਾਲਾ ਆਪਣੇ ਪਿੱਛੇ ਆਪਣੀ ਮਾਂ, ਆਪਣੀ ਪਤਨੀ ਅਤੇ 3 ਬੱਚੇ, 2 ਬੇਟੀਆਂ ਅਤੇ 1 ਬੇਟਾ ਛੱਡ ਗਿਆ। ਸਾਡਾ ਵੀ ਵਿਆਹ ਹੋਇਆ ਸੀਗਾ 97 'ਚ, ਵਧੀਆ ਸਵਾਹ ਦੇ ਸੀਗੇ, ਕੋਈ ਇੱਦਾਂ ਦੀ ਕੋਈ ਗੱਲ ਨਹੀਂ ਸੀ, ਕਦੀ ਸਾਡਾ ਝਗੜਾ ਨਹੀਂ ਸੀ ਹੋਇਆ, ਮਤਲਬ ਨਾ ਕਦੀ ਸਾਡੇ 'ਤੇ ਇੱਦਾਂ ਦੀ ਨੌਬਤ ਕਦੀ ਆਈ ਸੀਗੀ ਵੀ ਸਾਡੀ ਕੋਈ ਗਾਉਣ ਵਾਲਿਆਂ ਪਿੱਛੇ ਜਾਂ ਗਾਉਣ ਵਾਲੀਆਂ ਪਿੱਛੇ ਕਦੀ ਸਾਡਾ ਝਗੜਾ ਹੋਇਆ ਹੋਵੇ। ਬਹੁਤ ਵਧੀਆ ਜ਼ਿੰਦਗੀ ਬਤੀਤ ਕੀਤੀ ਸੀਗੀ। ਇਹਨਾਂ ਦੀਆਂ ਕੈਸਟਾਂ ਆਈਆਂ ਸੀਗੀਆਂ ਪਹਿਲਾਂ, ਮਸ਼ੂਕ ਤੇਰੀ ਚੱਲੀ, ਛੱਡਤੀ ਆਸ਼ਕੀ ਮੁੰਡਿਆਂ ਨੇ, 2 ਕੈਸਟਾਂ ਆਈਆਂ ਸੀਗੀਆਂ। ਤਾਂ ਬਾਅਦ ਵਿੱਚ ਇਹਨਾਂ ਦੀ ਕੈਸਟ ਆਈ ਸੀਗੀ, ਵਿਆਹ ਤੋਂ ਬਾਅਦ ਆਈ ਸੀਗੀ, ਵੱਡੇ ਆ ਸ਼ਰਾਬੀ ਆ, ਹੁੰਦੀ ਸੀ ਪਿਆਰੀ ਜਾਣ ਤੋਂ, ਤਾਂ ਦੁੱਖ ਪਰਦੇਸਾਂ ਦੇ, ਛਕ ਲਓ ਅੰਮ੍ਰਿਤ ਖੰਡੇ ਦਾ, ਤਾਂ ਹੋਰ ਕਾਫੀ ਕੈਸਟਾਂ ਆਈਆਂ ਸੀਗੀਆਂ ਇਹਨਾਂ ਦੀਆਂ। ਜੇ ਕਹਿ ਦੇਣਾ ਵੀ ਕਿਸੇ ਵੀ ਰਿਸ਼ਤੇਦਾਰੀ 'ਚ ਜਾਂ ਅਸੀਂ ਕਿੱਧਰ ਘੁੰਮਣ ਜਾਣਾ, ਬੱਚਿਆਂ ਲਈ ਵੀ ਬਹੁਤ ਜ਼ਿਆਦਾ ਟਾਈਮ ਕੱਢਦੇ ਸੀ, ਵੀ ਕੋਈ ਇਹ ਪ੍ਰੋਬਲਮ ਨਹੀਂ ਸੀਗੀ ਵੀ ਮੇਰੇ ਕੋਲ ਅੱਜ ਟਾਈਮ ਨਹੀਂ ਹੈਗਾ ਕੱਲ੍ਹ ਜਾਵਾਂਗੇ ਜਾਂ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਸੀਗੀ ਸਾਡੇ 'ਚ। ਬਿਮਾਰ ਉਹ ਬਿਲਕੁਲ ਨਹੀਂ ਸੀਗੇ, ਬਸ 2-3 ਦਿਨ ਉਹਨਾਂ ਨੇ ਰੋਟੀ ਨਹੀਂ ਸੀਗੀ ਖਾਧੀ। ਮੈਂ ਆਪਣੀ ਫੈਮਿਲੀ ਨੂੰ ਕਿਹਾ ਵੀ ਇਹ ਰੋਟੀ ਨਹੀਂ ਖਾ ਰਹੇ, ਵੀ ਨਾ ਇਹ ਚੱਜ ਨਾਲ ਵੀ ਉੱਠਦੇ ਨੇ, ਵੀ ਇਹ ਪਏ ਹੀ ਰਹਿੰਦੇ ਨੇ। ਫਿਰ ਸਾਨੂੰ ਤਾਂ ਕੋਈ ਇੱਦਾਂ ਦਾ ਪਤਾ ਹੀ ਨਹੀਂ ਸੀਗਾ ਵੀ ਇਹ ਇਹਨਾਂ ਵੀ ਇਹਨਾਂ ਨੂੰ ਇੰਨਾ ਜ਼ਿਆਦਾ ਪ੍ਰੋਬਲਮ ਹੋਏਗੀ। ਅਸੀਂ ਕਿਹਾ ਵੈਸੇ ਮੰਮੀ ਹੋਰੀ ਕਹਿੰਦੇ ਨੇ ਵੈਸੇ ਨਹੀਂ ਉੱਠਦਾ ਹੈਗਾ, ਵੀ ਚੱਲ ਥੱਕਿਆ ਹੁੰਦਾ ਵੀ ਤਾਂ ਕਰਕੇ ਨਹੀਂ ਉੱਠਦਾ ਹੈਗਾ। ਮੈਂ ਕਿਹਾ ਵੀ ਥੱਕੇ ਤਾਂ ਹੁੰਦੇ ਨੇ ਵੀ, ਮਤਲਬ ਰੋਟੀ ਤਾਂ ਬਹੁਤ ਵੀ ਅੱਗੇ ਵੀ ਇੰਨਾ ਰੌਲਾ ਪਾਉਣ ਲੱਗ ਜਾਂਦੇ ਸੀਗੇ ਵੀ ਭੁੱਖ ਲੱਗੀ ਹੈ ਵੀ ਹੁਣੇ ਖਾਂਦੇ ਨਹੀਂ ਹੈਗੇ। ਫਿਰ ਮੈਂ ਆਪਦੀ ਫੈਮਿਲੀ ਨੂੰ ਦੱਸਿਆ, ਫਿਰ ਇਹਨਾਂ ਨੇ ਡਾਕਟਰ, ਅਸੀਂ ਆਮ ਹੀ ਪਿੰਡ ਵਿੱਚ ਡਾਕਟਰ ਸੀਗਾ, ਮੈਂ ਪੂਰੇ ਤੋਂ ਬੁਲਾ ਲਿਆ ਉਹਨਾਂ ਨੂੰ ਡਾਕਟਰ ਨੂੰ, ਮੈਨੂੰ ਗੁੱਸੇ ਹੋਣ ਲੱਗ ਗਏ, ਕਹਿੰਦੇ ਕਿਉਂ ਬੁਲਾਇਆ, ਮੈਨੂੰ ਕੀ ਹੋਇਆ, ਮੈਨੂੰ ਤਾਂ ਕੁਛ ਨਹੀਂ ਹੋਇਆ। ਫਿਰ ਉਹ ਡਾਕਟਰ ਨੇ ਦੱਸਿਆ ਕਿ ਇਹਨੂੰ ਨੋਰਮਲ ਪੀਲੀ ਹੈ, ਬਸ ਉਸ ਤੋਂ ਬਾਅਦ ਵਿੱਚ ਕਾਲਾ ਪੀਲੀਆ ਬਣ ਗਿਆ। ਅਸੀਂ ਬਹੁਤ ਜ਼ਿਆਦਾ ਦਵਾਈਆਂ ਵੀ ਅਸੀਂ, ਉਹ ਹਜੇ ਕਹਿੰਦੇ ਸੀ ਕੁਛ ਨਹੀਂ ਹੈਗਾ ਮੈਨੂੰ, ਮਤਲਬ ਬਿਮਾਰ ਦੇ ਵਿੱਚ ਹੀ ਇਹ ਕਨੇਡਾ ਚਲ ਗਏ ਸੀਗੇ, ਬਿਮਾਰ 'ਚ ਹੀ ਇਹ UK ਚਲ ਗਏ ਸੀਗੇ, UK ਕਨੇਡਾ ਦੇ ਵਿੱਚ ਇਹ ਸ਼ੋਅ ਲਾ ਕੇ ਆਏ ਸੀਗੇ ਬਹੁਤ ਜ਼ਿਆਦਾ। ਉੱਥੋਂ ਫਿਰ ਵੀ ਉਹ ਕਹਿੰਦੇ ਸੀਗੇ ਵੀ ਸਾਡੇ ਕੋਲ ਹੀ ਰਹਿਣ, ਬਾਹਰਲੇ ਕਹਿੰਦੇ ਸੀਗੇ ਅਸੀਂ ਆਪ ਦਾ ਉਰੇ ਇਲਾਜ ਕਰਾਵਾਂਗੇ, ਅਸੀਂ ਕਹਿੰਦੇ ਸੀ ਨਹੀਂ ਅਸੀਂ ਉਰੇ ਕਰਾਉਣਾ ਆ, ਤਾਂ ਡੈਥ ਉਹਨਾਂ ਦੀ ਉਰੇ ਹੋਈ ਆ। ਜਦ ਬੇਟਾ 8 ਸਾਲ ਦਾ ਸੀਗਾ, ਬੇਟੀ ਮੇਰੀ 1 7 ਸਾਲ ਦੀ ਸੀ, 1 6 ਸਾਲ ਦੀ ਸੀਗੀ। ਫਿਰ ਬਾਅਦ ਵਿੱਚ ਉਹਨਾਂ ਨੇ ਸਾਡੀ ਰਾਣੇ ਮੌਲੀ ਵਾਲੇ ਨੇ, ਦੀਪਾ ਸੋਮਨ, ਉਹਨਾਂ ਨੇ ਬਹੁਤ ਸਪੋਰਟ ਦਿੱਤੀ ਸਾਨੂੰ ਬਾਅਦ ਵਿੱਚ ਵੀ। ਸ਼ਰਨਜੀਤ ਢਿੱਲੋਂ ਨੇ ਵੀ ਸਾਡਾ ਪੂਰਾ ਸਾਥ ਦਿੱਤਾ ਸੀ।
ਤਾਂ ਉਹ ਤਾਂ ਬਾਹਰਲੇ ਤਾਂ ਹਜੇ ਵੀ ਯੂਕੇ ਵਾਲੇ ਤਾਂ ਹਜੇ ਵੀ ਸਾਡਾ ਸਾਥ ਦੇ ਰਹੇ ਨੇ। ਬਸ ਮੇਰੀ ਮੈਂ ਤਾਂ ਇਹੀ ਕਹਿੰਦੀ ਹਾਂ ਵੀ ਮੇਰੀ ਇਹੀ ਰਿਕੁਐਸਟ ਹੈ ਕਿ ਹੁਣ ਬੇਟੇ ਨਾਲ ਦਿਨੇਸ਼ ਸੀਗਾ ਸਵੀਟ ਕੰਪਨੀ ਵਾਲੇ, ਉਹ ਮੇਰੇ ਬੇਟੇ ਨੂੰ ਮਿਲਿਆ ਸੀਗਾ ਇੱਥੇ ਬੁੱਢੇ ਵਾਲ ਆਏ ਸੀਗੇ ਪ੍ਰੋਗਰਾਮ ਲਾਉਣ, ਜੈਜੀ ਵੀ ਦਾ ਮੇਰੇ ਬੇਟੇ ਨੂੰ ਮਿਲਿਆ, ਉਹ ਕਹਿੰਦੇ ਤੁਸੀਂ ਕੁਛ ਬਣ ਕੇ ਆ ਮੇਰੇ ਮੂਹਰੇ। ਫਿਰ ਮੈਂ ਵੀਰ ਜੀ ਇਹੀ ਕਹਿੰਦੀ ਹਾਂ ਵੀ ਬਣੇਗਾ ਤਾਂ ਹੀ ਜੇ ਸਪੋਰਟ ਹੋਊਗੀ, ਤਾਂ ਵੀ ਉਹ ਵੀ ਸਪੋਰਟ ਦੇਣ, ਹੁਣ ਨਾਲ ਸਾਡੇ ਸਪੋਰਟ ਦੇਣ। ਦੇਖੋ ਮੈਂ 8 ਸਾਲ ਤੋਂ 18 ਸਾਲ ਦਾ ਹੋ ਚੁੱਕਿਆ ਬੇਟਾ ਮੇਰਾ, ਹੁਣ ਬਸ ਮੇਰੀ ਇਹੀ ਰਿਕੁਐਸਟ ਹੈ ਕਿ ਮੇਰੇ ਬੇਟੇ ਦਾ ਜ਼ਰੂਰ ਸਾਥ ਦੇਣ, ਯੂਕੇ ਵਾਲੇ ਵੀ, ਕਨੇਡਾ ਵਾਲੇ ਵੀ, ਸਪੀਟ ਕੰਪਨੀ ਵਾਲੇ ਵੀ। ਕਾਕੇ ਦੀ ਮੌਤ ਸਮੇਂ ਉਸਦੇ ਬੱਚੇ ਕਾਫੀ ਛੋਟੇ ਸਨ, ਪਰ ਹੁਣ ਕਾਕੇ ਦਾ ਬੇਟਾ ਵੀ ਗਾਉਣ ਦਾ ਸ਼ੌਂਕ ਰੱਖਦਾ ਹੈ ਅਤੇ ਗਾਇਕੀ ਦੀਆਂ ਬਰੀਕੀਆਂ ਸਿੱਖ ਰਿਹਾ ਹੈ। ਉਸਦੀ ਆਵਾਜ਼ ਵੀ ਆਪਣੇ ਪਿਤਾ ਵਾਂਗ ਬੁਲੰਦ ਹੈ। ਗਿੱਧੇ ਵਿੱਚ ਨੱਚਦੀ ਏ ਨਾਰੇ ਨੀ ਸੁਣ ਹੁਸਨ ਦੀ ਏ ਸਰਕਾਰੇ ਨੀ, ਗਿੱਧੇ ਵਿੱਚ ਨੱਚਦੀ ਏ ਨਾਰੇ ਨੀ ਸੁਣ ਹੁਸਨ ਦੀ ਏ ਸਰਕਾਰੇ ਨੀ, ਆ ਦਿਲ ਤਾਂ ਨੱਚਦਾ ਨਾਲ ਤੇਰੇ, ਦਿਲ ਤਾਂ ਨੱਚਦਾ ਨਾਲ ਤੇਰੇ, ਭਾਵੇਂ ਪੱਬ ਚੱਕਣਾ ਆਉਂਦਾ ਨੀ, ਬਾਂਹ ਫੜ ਕੇ ਨੱਚਣ ਨੂੰ ਜੀ ਕਰਦਾ ਕੀ ਕਰੀਏ, ਨੱਚਣਾ ਆਉਂਦਾ ਨੀ, ਬਾਂਹ ਫੜ ਕੇ ਨੱਚਣ ਨੂੰ ਜੀ ਕਰਦਾ ਕੀ ਕਰੀਏ, ਨੱਚਣਾ ਆਉਂਦਾ ਨੀ। ਮੇਰਾ ਨਾਮ ਨਵਨੀਤ ਕੌਰ, ਮੈਂ +2 ਕਲਾਸ ਵਿੱਚ ਪੜ੍ਹਦੀ ਹਾਂ। ਜਦੋਂ ਮੇਰੇ ਪਾਪਾ ਜੀ ਦੀ ਡੈਥ ਹੋਈ, ਮੇਰੀ ਉਮਰ 7 ਸਾਲ ਦੀ ਸੀ, ਮੈਨੂੰ ਬਹੁਤਾ ਕੁਛ ਯਾਦ ਨਹੀਂ, ਪਰ ਕੁਛ ਕੁ ਮੈਨੂੰ ਯਾਦ ਹੈ ਆਪਣੇ ਪਾਪਾ ਬਾਰੇ। ਮੈਂ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮੈਂ 7 ਸਾਲ ਦੀ ਸੀ, ਮੈਂ ਨਿੱਕੀਆਂ ਨਿੱਕੀਆਂ ਡੋਲਸ ਪਾਪਾ ਦਿਖਾਉਂਦੇ ਹੁੰਦੇ ਸੀ ਬਾਹਰੋਂ, ਮੈਂ ਕਹਿੰਦੀ ਸੀ ਮੈਂ ਪਾਪਾ ਡੋਲਸ ਲੈਣੀਆਂ, ਪਾਪਾ ਕਹਿੰਦੇ ਕੋਈ ਨਾ ਮੈਂ ਲਿਆ ਕੇ ਦੂੰ, ਪਾਪਾ ਨੇ ਮੈਨੂੰ ਡੋਲਸ ਲਿਆ ਕੇ ਦਿੱਤੀਆਂ ਅਤੇ ਮੈਂ ਡੋਲਸ ਨਾਲ ਬੜਾ ਖੇਡਦੀ ਸੀ, ਪਰ ਬਹੁਤਾ ਕੁਛ ਮੈਨੂੰ ਯਾਦ ਨਹੀਂ। ਪਰ ਹੁਣ ਵੀ ਜਦੋਂ ਮੈਂ ਡੋਲਸ ਨੂੰ ਦੇਖਦੀ ਹਾਂ ਤੇ ਮੈਨੂੰ ਮੇਰੇ ਪਾਪਾ ਦੀ ਬੜੀ ਯਾਦ ਆਉਂਦੀ। ਮੇਰਾ ਨਾਮ ਸਿਮਰਨਜੀਤ ਕੌਰ ਆ ਅਤੇ ਮੈਂ +1 ਕਲਾਸ 'ਚ ਪੜ੍ਹਦੀ ਹਾਂ, ਅਤੇ ਮੇਰੀ ਜਦੋਂ ਮੇਰੇ ਪਾਪਾ ਦੀ ਡੈਥ ਹੋਈ ਸੀ ਤਾਂ ਮੈਂ 6 ਸਾਲ ਦੀ ਸੀਗੀ, ਅਤੇ ਮੇਰੇ ਪਾਪਾ ਬਹੁਤ ਪਿਆਰ ਕਰਦੇ ਸੀਗੇ, ਅਤੇ ਜਦੋਂ ਮੈਂ ਸਕੂਲੇ ਜਾਣਾ ਹੁੰਦਾ ਸੀ ਤਾਂ ਮੈਂ ਕਹਿੰਦੀ ਸੀ ਵੀ ਪਾਪਾ ਮੈਂ ਨਹੀਂ ਜਾਣਾ, ਮੈਂ ਤੁਹਾਡੇ ਕੋਲ ਹੀ ਰਹਿਣਾ। ਜਦੋਂ ਪਾਪਾ ਦੀ ਡੈਥ ਹੋਈ, ਇਹਨਾਂ ਨੇ ਮੈਨੂੰ ਦੱਸਿਆ ਨਹੀਂ ਕਿ ਤੇਰੇ ਪਾਪਾ ਦੀ ਡੈਥ ਹੋ ਗਈ। ਫਿਰ ਮੈਨੂੰ 5-6 ਸਾਲ ਬਾਅਦ ਇਹਨਾਂ ਨੇ ਮੈਨੂੰ ਦੱਸਿਆ ਕਿ ਵੀ ਪਾਪਾ ਇਸ ਦੁਨੀਆਂ 'ਚ ਨਹੀਂ ਰਹੇ, ਪਰ ਮੈਂ ਆਪਣੇ ਪਾਪਾ ਵੀ ਨਾ ਮਾੜਾ ਜਿਹਾ ਵੀ ਨਹੀਂ ਸੀ ਰਹਿੰਦੀ ਹੁੰਦੀ ਵੀ ਮੇਰੇ ਪਾਪਾ ਬਾਹਰ ਗਏ ਨੇ। ਹੁਣ ਪਾਪਾ ਦੀ ਕਮੀ ਮਹਿਸੂਸ ਹੁੰਦੀ ਆ ਵੀ ਪਾਪਾ ਹੁੰਦੇ। ਹੁਣ ਡੋਲਸ ਦੇਖਦੀ ਹਾਂ, ਮੇਰੇ ਪਾਪਾ ਬਾਹਰੋਂ ਸਾਡੇ ਲਈ ਬਹੁਤ ਕੁਝ ਲਿਆਉਂਦੇ ਸੀ, ਉਹ ਚੀਜ਼ਾਂ ਦੇਖ ਦੇਖ ਕੇ ਅਸੀਂ ਕਹਿੰਦੇ ਹਾਂ ਵੀ ਕਾਸ਼ ਸਾਡੇ ਪਾਪਾ ਹੁੰਦੇ, ਅਸੀਂ ਪਾਪਾ ਨਾਲ ਘੁੰਮਣ ਜਾਂਦੇ। ਮੇਰਾ ਨਾਂ ਅਰਸ਼ ਪੈਣੀਆਂ ਵਾਲਾ, ਮੈਂ +2 ਜਮਾਤ ਵਿੱਚ ਪੜ੍ਹਦਾ ਹਾਂ। ਮੈਂ ਗਾਉਣ ਦਾ ਸ਼ੌਂਕ ਰੱਖਦਾ ਹਾਂ ਅਤੇ ਮੇਰੇ ਫਾਦਰ ਸਾਹਿਬ ਕਾਕਾ ਭੈਣੀਆਂ ਵਾਲਾ ਜੀ, ਜਿਨ੍ਹਾਂ ਦਾ ਵਰਲਡ ਵਾਈਡ ਅਤੇ ਦੁਨੀਆ ਦੇ ਵਿੱਚ ਬਹੁਤ ਨਾਮ ਆ, ਜਿਨ੍ਹਾਂ ਦੇ ਸੌਂਗ ਦਾਰੂ ਪੀ ਕੇ ਜੱਟ ਬੁੱਕ ਦੇ, ਸਾਹਨੇਵਾਲ ਚੌਂਕ 'ਚ ਭੁਲੇਖਾ ਪੈ ਗਿਆ, ਵੱਡਿਆ ਸ਼ਰਾਬੀਆ ਆਦਿ ਹੋਰ ਬਹੁਤ ਸਾਰੇ ਸੌਂਗ ਨੇ ਜੋ ਦੁਨੀਆ ਦੇ ਵਿੱਚ ਹਿੱਟ ਨੇ। ਮੈਂ ਸਿੰਗਰ ਬਣਨਾ ਚਾਹੁੰਦਾ ਜੀ ਅਤੇ ਮੈਂ ਸਿੱਖਦਾ ਵੀ ਹਾਂ,
ਨਾਲ ਨਾਲ ਸਟੱਡੀ ਵੀ ਕਰ ਰਿਹਾ ਅਤੇ ਸਿੱਖ ਵੀ ਰਿਹਾ ਜੀ। ਯਾਦ ਪਾਪਾ ਨਾਲ ਮੈਂ ਗਲਵਾਕੜੀ ਸੌਂਗ ਦੀ ਜਦ ਸ਼ੂਟਿੰਗ ਸੀਗੀ ਮੈਂ ਚੰਡੀਗੜ੍ਹ ਪਾਪਾ ਜੀ ਨਾਲ ਗਿਆ ਸੀਗਾ ਅਤੇ ਇਹੀ ਯਾਦਾਂ ਨੇ ਬਸ। ਪਰ ਇੰਨਾ ਕਾ ਰੱਬ ਨੇ ਸਾਥੋਂ ਸਾਡਾ ਫਾਦਰ ਖੋਲੇ, ਬਸ ਸਾਨੂੰ ਇਹੀ ਆ, ਸਾਨੂੰ ਆਪਣੇ ਪਿਓ ਦਾ ਪਿਆਰ ਨਹੀਂ ਮਿਲਿਆ। ਛੋਟੀ ਉਮਰ ਸੀ ਸਾਡੀ ਤਿੰਨਾਂ ਦੀ, ਸਾਡੀ ਮਾਂ ਨੇ ਸਾਨੂੰ ਪਾਲਿਆ, ਹੁਣ ਪਤਾ ਲੱਗਦਾ ਜਦੋਂ ਪਿਓ ਦੀ ਕਮੀ ਮਹਿਸੂਸ ਹੁੰਦੀ। ਮੈਂ ਟੀ ਸ਼ਰਟ ਆਪਣੇ ਪਾਪਾ ਦੀ ਪਾਈ ਆ, ਔਰ ਇੱਕ ਗੱਲ, ਇੱਕ ਕੜਾ ਵੀ ਮੇਰੇ ਪਾਪਾ ਦਾ, ਜਦੋਂ ਮੈਂ ਇਹ ਦੋਨੇ ਚੀਜ਼ਾਂ ਪਾਉਂਦਾ ਮੈਨੂੰ ਬਹੁਤ ਸਕੂਨ ਮਿਲਦਾ ਔਰ ਜ਼ਿੰਦਗੀ ਮੇਰੀ ਐਨ ਰਿਲੈਕਸ ਹੋ ਜਾਂਦੀ ਹੈ। ਮੇਰੇ ਪਾਪਾ ਇੱਕ ਗੱਲ ਕਹਿੰਦੇ ਹੁੰਦੇ ਸੀ, ਸੱਪ ਦੇ ਬੱਚੇ ਨੂੰ ਕਦੇ ਫਰਾਟਾ ਸਿਖਾਇਆ ਨਹੀਂ ਜਾਂਦਾ, ਉਹ ਖੁੱਡ 'ਚੋਂ ਨਿਕਲਦਾ ਹੀ ਸਿੱਖ ਜਾਂਦਾ। ਔਰ ਮੈਂ ਉਹਨਾਂ ਦੀਆਂ ਗੱਲਾਂ 'ਤੇ ਹਮੇਸ਼ਾ ਅਮਲ ਕਰਦਾ। ਸੱਜਣਾ ਵੇ ਮੇਰੀ ਹਾਰ ਹੋ ਗਈ, ਮੇਰੇ ਵਸ ਤੋਂ ਬਾਹਰ ਹੋ ਗਈ, ਲੱਗਦਾ ਇਸ ਕਨੇਡਾ ਨੇ, ਲੱਗਦਾ ਇਸ ਕਨੇਡਾ ਨੇ ਕਿਸਮਤ 'ਤੇ ਪਾਰੂ ਪੈ ਜਾਣਾ। ਮੈਂ ਗੂੰਗੇ ਜੇ ਪੰਛੀ ਵਾਂਗੂ ਕਿਸੇ ਹੋਰ ਬਨੇਰੇ ਬਹਿ ਜਾਣਾ। ਜੀਭ ਦੀ ਹਰਕਤ ਬੰਦ ਹੋ ਗਈ, ਥਿਰਕਣੀ ਛੱਡਤੀ ਪੈਰਾਂ ਨੇ, ਬੇਵਸੀ ਦਾ ਆਲਮ ਹੋਇਆ ਪਰ ਕਟਲੇ ਮੇਰੇ ਗੈਰਾਂ ਨੇ। ਹੁਣ ਲੈ ਕੇ ਲਾਵਾਂ ਚਾਰ ਚਨਾ, ਸਦਰਾਂ ਨੂੰ ਦੇਣਾ ਮਾਰ ਚਨਾ, ਮੈਨੂੰ ਲੈ ਕੇ ਵਿੱਚ ਭਰੋਸੇ ਦੇ, ਲੈ ਕੇ ਵਿੱਚ ਭਰੋਸੇ ਦੇ ਕਿਤੇ ਦੂਰ ਬਗਾਨਿਆਂ ਲੈ ਜਾਣਾ। ਮੈਂ ਗੂੰਗੇ ਜੇ ਪੰਛੀ ਵਾਂਗੂ ਕਿਸੇ ਹੋਰ ਬਨੇਰੇ ਬਹਿ ਜਾਣਾ। ਕਾਕੇ ਭੈਣੀਆਂ ਵਾਲੇ ਨੇ ਆਪਣੀ ਗਾਇਕੀ ਦਾ ਸਫ਼ਰ ਮਸ਼ੂਕ ਤੇਰੀ ਚੱਲੀ ਕੈਸਟ ਤੋਂ ਸ਼ੁਰੂ ਕੀਤਾ। ਉਸ ਤੋਂ ਬਾਅਦ ਛੱਡਤੀ ਆਸ਼ਕੀ ਮੁੰਡਿਆਂ ਨੇ ਵੱਡਿਆ ਸ਼ਰਾਬੀਆਂ ਆਈਆਂ। ਇਹਨਾਂ ਕੈਸਟਾਂ ਤੋਂ ਬਾਅਦ ਕਾਕੇ ਨੇ UK ਦੇ ਪ੍ਰੋਡਿਊਸਰਾਂ ਨਾਲ ਗਾਉਣਾ ਸ਼ੁਰੂ ਕੀਤਾ, ਜਿਨ੍ਹਾਂ ਵਿੱਚੋਂ ਕਿਸ ਐਂਡ ਟੇਲ, ਟਾਈਗਰ ਸਟਾਈਲ ਅਤੇ AMX ਹਨ। ਫਿਰ ਕਾਕੇ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸਦੇ ਗਾਣੇ ਵਿਆਹ ਸ਼ਾਦੀਆਂ, ਡਿਸਕੋ, ਕਲੱਬਾਂ ਹਰ ਜਗ੍ਹਾ ਵੱਜਣ ਲੱਗੇ। ਦਿੱਲੀ ਤੋਂ ਮੈਂ ਟਾਟਾ ਗੱਡੀ ਨਵੀਂ ਸੀ ਲੈ ਆਇਆ ਨੀ, 90 ਤੋਂ ਨੀ ਘੱਟ ਸਾਰੀ ਵਾਟ ਮੈਂ ਪਜਾਇਆ ਨੀ। ਹਾਂ ਮੇਰਾ ਕਾਲੀ ਨਾਲ, ਮੈਂ ਕਿਹਾ ਨੀ ਕਾਲੀ ਨਾਲ, ਉਹ ਹਾੜਾ ਕਾਲੀ ਨਾਲ ਰੇਸੀ ਉੱਤੋਂ ਪੈਰ ਲੈ ਗਿਆ ਨੀ ਤੇਰਾ ਸਾਹਨੇਵਾਲ। ਹਾਂ ਸਾਹਨੇਵਾਲ ਚੌਂਕ 'ਚ ਭੁਲੇਖਾ ਪੈ ਗਿਆ ਨੀ ਤੇਰਾ ਸਾਹਨੇਵਾਲ। ਹਾਂ ਸਾਹਨੇਵਾਲ ਚੌਂਕ 'ਚ ਭੁਲੇਖਾ ਪੈ ਗਿਆ ਨੀ ਤੇਰਾ ਸਾਹਨੇਵਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਜੀਤ ਸਿੰਘ, ਪਿੰਡ ਦੁਆਬਾ ਭੈਣੀ ਤੋਂ। ਮੈਂ ਪੰਜਾਬੀ ਗਾਇਕ ਕਾਕਾ ਭੈਣੀਆਂ ਵਾਲਾ ਨਾਲ ਕਾਫੀ ਟਾਈਮ ਕੰਮ ਕੀਤਾ। ਉਹ ਸਾਡੇ ਪਿੰਡ ਦੇ ਕਲਾਕਾਰ ਸੀਗੇ, ਕਾਫੀ ਨਾਂ ਸੀ ਉਹਨਾਂ ਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਅਤੇ ਸਾਡੇ ਪਿੰਡ ਦੇ ਵਿੱਚ ਅਸੀਂ ਇਕੱਠੇ ਕਾਫੀ ਟਾਈਮ ਗਾਉਂਦੇ ਰਹੇ ਹਾਂ, ਪਿੰਡ ਦੀਆਂ ਪ੍ਰਭਾਤ ਫੇਰੀਆਂ ਦੇ ਵਿੱਚ, ਨਗਰ ਕੀਰਤਨ ਦੇ ਵਿੱਚ, ਗੁਰਪੁਰਬ ਦੇ ਵਿੱਚ, ਸੰਗਰਾਂਦ ਨੂੰ ਜਦੋਂ ਵੀ ਗੁਰਦੁਆਰਾ ਸਾਹਿਬ ਕੋਈ ਪ੍ਰੋਗਰਾਮ ਹੋਣਾ ਗੁਰਪੁਰਬ ਦੇ, ਸ਼ਹੀਦੀ ਦਿਵਸ 'ਤੇ, ਅਸੀਂ ਇਕੱਠਿਆਂ ਨੇ ਗਾਉਣਾ, ਅਸੀਂ ਇਕੱਠੇ ਕੰਮ ਕਰਦੇ ਹਾਂ ਸਟੇਜਾਂ 'ਤੇ। ਕਾਫੀ ਮੈਂ ਉਹਨਾਂ ਨਾਲ ਪ੍ਰੋਗਰਾਮ 4-5 ਸਾਲ ਕੀਤਾ ਕੰਮ। ਬਹੁਤ ਵਧੀਆ ਆਵਾਜ਼ ਸੀ ਉਹਨਾਂ ਦੀ, ਦਮਦਾਰ ਆਵਾਜ਼ ਸੀ, ਕਾਫੀ ਸਟੈਮਿਨਾ ਬਹੁਤ ਸੀ ਉਹਨਾਂ ਦੀ, ਸਮਰੱਥਾ ਬਹੁਤ ਸੀ ਗਾਉਣ ਦੀ। 3-3 ਘੰਟੇ, 4-4 ਘੰਟੇ ਗਾਉਂਦੇ ਹੁੰਦੇ ਸੀ, ਅਤੇ ਹੋਰ ਉਹਨਾਂ ਦਾ ਨੇਚਰ ਬਹੁਤ ਵਧੀਆ ਸੀ। ਅਤੇ ਬਾਕੀ ਗਾਣੇ ਉਹਨਾਂ ਦੇ ਅੱਜ ਕੱਲ੍ਹ ਹਾਲੇ ਤੱਕ ਆ ਰਹੇ ਨੇ, ਕਿਉਂਕਿ ਕਾਫੀ ਗਾਣੇ ਉਹਨਾਂ ਦੇ ਸੀਗੇ, ਦਾਰੂ ਪੀ ਕੇ ਜੱਟ ਬੁੱਕ 'ਤੇ, ਸਾਹਨੇਵਾਲ ਚੌਂਕ,
ਅਤੇ ਛੜਤੀ ਆਸ਼ਕੀ ਮੁੰਡਿਆਂ ਨੇ ਬਾਂਹ ਫੜ ਕੇ ਨੱਚਣ ਨੂੰ ਜੀ ਕਰਦਾ, ਹੋਰ ਬਹੁਤ ਗਾਣੇ ਜਿਹੜੇ ਉਹਨਾਂ ਦੇ ਆਏ ਨੇ ਇੱਥੇ ਮਾਰਕੀਟ ਦੇ ਵਿੱਚ, ਸਾਰਿਆਂ ਨੇ ਉਹਨਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ। 2009 ਦੇ ਵਿੱਚ ਉਹਨਾਂ ਦੀ ਬੇਵਕਤੀ ਮੌਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਤਾਂ ਜਿਹੜਾ ਘਾਟਾ ਪਿਆ ਉਹ ਪਿਆ ਹੀ ਆ, ਸਾਡੇ ਪਿੰਡ ਨੂੰ ਬਹੁਤ ਘਾਟਾ ਪਿਆ ਕਿਉਂਕਿ ਸਾਰੇ ਪਿੰਡ ਨੂੰ ਉਹਨਾਂ 'ਤੇ ਕਾਫੀ ਮਾਣ ਸੀ, ਪੰਜਾਂ ਭੈਣੀਆਂ ਨੂੰ, ਸਾਡੇ ਪਿੰਡ ਉੱਤੇ ਪੰਜਾਂ ਭੈਣੀਆਂ ਨੂੰ, ਪੰਜਾਂ ਪਿੰਡਾਂ ਨੂੰ, ਇਲਾਕੇ ਨੂੰ ਬਹੁਤ ਸਾਰਾ ਮਾਣ ਸੀਗਾ ਉਹ 'ਤੇ, ਕਿ ਇਹ ਜਿਹੜਾ ਘਾਟਾ ਉਹ ਪੈ ਗਿਆ ਸਾਨੂੰ ਉਹ ਕਦੇ ਪੂਰਾ ਨਹੀਂ ਹੋ ਸਕਦਾ। ਹੁਣ ਵੀ ਲੰਡਨ ਵਿੱਚ ਕਾਕੇ ਭੈਣੀਆਂ ਵਾਲੇ ਦੀ ਯਾਦ ਵਿੱਚ ਮੇਲਾ ਲਗਾਇਆ ਜਾਂਦਾ ਹੈ, ਜਿੱਥੇ ਕਾਕੇ ਨੂੰ ਚਾਹੁਣ ਵਾਲੇ ਗਾਇਕ, ਪ੍ਰੋਡਿਊਸਰ, ਸੰਗੀਤਕਾਰ ਉਸ ਮੇਲੇ ਵਿੱਚ ਸ਼ਿਰਕਤ ਕਰਕੇ ਕਾਕੇ ਨੂੰ ਯਾਦ ਕਰਦੇ ਹਨ ਅਤੇ ਉਸਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ।